ਹੈਲੋ ਐਵਰੀਵਨ, ਵੈਲਕਮ ਟੂ ਨਿਊਜ਼ ਆਫ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ, ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਦੇ ਵਿੱਚ ਇਹ ਅਸਾਮੀਆਂ ਆਈਆਂ ਹਨ। ਅਸਾਮੀਆਂ ਨੇ ਜੀ ਪੀਅਨ ਅਤੇ ਪ੍ਰੋਸੈਸ ਸਰਵਰ ਦੀਆਂ, ਪ੍ਰੋਸੈਸ ਸਰਵਰ ਦੀਆਂ ਅਸਾਮੀਆਂ ਨੇ ਤਿੰਨ, ਜਿਸ ਦੇ ਲਈ 10ਵੀਂ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ, 18 ਤੋਂ 35 ਸਾਲ ਦੇ ਵਿੱਚ ਤੁਹਾਡੀ ਏਜ ਹੋਣੀ ਚਾਹੀਦੀ ਹੈ। ਦੂਸਰੀ ਅਸਾਮੀ ਹੈ ਜੀ ਪੀਅਨ ਦੀ, ਜਿਸ ਦੇ ਲਈ 8ਵੀਂ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ ਅਤੇ 18 ਤੋਂ 35 ਸਾਲ ਦੇ ਵਿੱਚ ਤੁਹਾਡੀ ਏਜ ਚਾਹੀਦੀ ਹੈ ਅਤੇ ਤੁਹਾਨੂੰ ਪੰਜਾਬੀ ਦੀ ਨੌਲੇਜ ਚਾਹੀਦੀ ਹੈ। 22 ਅਪ੍ਰੈਲ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ, ਅਤੇ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ, ਇਹ ਅਫੀਸ਼ੀਅਲ ਵੈਬਸਾਈਟ ਹੈ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਭਰਨਾ, ਸਾਰੇ ਆਪਣੇ ਜਿਹੜੇ ਡਾਕੂਮੈਂਟ ਲਗਾਉਣੇ ਨੇ ਉਹਨਾਂ ਨੂੰ ਸੈਲਫ ਅਟੈਸਟਡ ਕਰਨਾ। ਠੀਕ ਹੈ ਜੀ, ਸੈਲਫ ਅਟੈਸਟ ਕਰਕੇ ਸਾਰੇ ਡਾਕੂਮੈਂਟ ਨਾਲ ਲਗਾਉਣੇ ਨੇ ਅਤੇ ਉਸ ਨੂੰ ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਵਿਖੇ ਭੇਜ ਦੇਣਾ। ਠੀਕ ਹੈ ਜੀ, ਅਤੇ ਡੈਟਸ ਆਲ ਗਾਈਸ। ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।